ਸਾਡੇ ਮੁਲਕਾਂ ਵਿੱਚ ਵੀ ਬੜਾ ਰੌਲਾ ਪੈ ਰਿਹਾ ਭਈ ਇਹ ਬਹੁਤ ਹੀ ਸੈਂਟਰ ਸਰਕਾਰ ਦਾ ਨੌਜਵਾਨਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਸ਼ਹੀਦ ਕੀਤਾ ਅੱਜ ਦਾ ਰੋਸ ਮਾਰਚ ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜਿਨ੍ਹਾਂ ਨੂੰ ਹਿੰਦੁਸਤਾਨ ਦੇ ਅੰਨੇ ਕਾਨੂੰਨ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ 31 ਮਾਰਚ ਨੂੰ, ਉਸ ਦੇ ਵਿਰੋਧ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਰੋਸ ਹੈ। ਉਸ ਫਾਂਸੀ ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੀਆਂ ਸਮੂਹ ਇਲਾਕੇ ਦੀਆਂ ਸੰਗਤਾਂ। ਸੋ ਅਸੀਂ ਕੇਂਦਰ ਦੀ ਅੰਨੀ ਸਰਕਾਰ ਅਤੇ ਭਾਰਤ ਦਾ ਅੰਧੇ ਕਾਨੂੰਨ ਦੇ ਵਿਰੋਧ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਆਜ਼ਾਦੀ ਤੋਂ ਬਾਅਦ ਧੱਕਾ ਕਰਦੇ ਆ ਰਹੇ ਹੈ, ਸੰਤ ਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਸ਼ਹੀਦ ਕੀਤਾ ਜਾ ਰਿਹਾ, ਫਾਂਸੀ ਦਿੱਤੀ ਜਾ ਰਹੀ ਹੈ। ਸੋ ਇਹ ਰੋਸ ਦੇ ਵਿੱਚ ਅਸੀਂ ਕੇਂਦਰ ਦੀ ਅੰਨੀ ਸਰਕਾਰ ਅਤੇ ਕੇਂਦਰ ਦਾ ਅੰਧਾ ਨਿਆਂ ਪ੍ਰਣਾਲੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਜ਼ਿਆਦਾ ਸਮਾਂ ਇਹ ਬਰਦਾਸ਼ਤ ਨਹੀਂ ਕਰੂਗੀ। ਸਿੱਖਾਂ ਨੂੰ ਸੋਚਣਾ ਪਊਗਾ ਕਿ ਸਾਡਾ ਆਪਣਾ ਕੋਈ ਘਰ ਨਹੀਂ, ਇਸ ਕਰਕੇ ਸਮਾਂ ਧੱਕਾ ਹੋ ਰਿਹਾ। ਇਸ ਕਰਕੇ ਅਸੀਂ ਕੇਂਦਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਧੱਕੇਸ਼ਾਹੀਆਂ ਬੰਦ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ। ਬਲਵੰਤ ਸਿੰਘ ਰਾਜੋਆਣਾ ਨੂੰ ਜੋ ਗਲਤ ਢੰਗ ਨਾਲ ਫਾਂਸੀ ਦਿੱਤੀ ਗਈ ਹੈ ਬਿਨਾਂ ਕਸੂਰ ਤੋਂ, ਉਹਦੇ ਸਬੰਧ ਵਿੱਚ ਸ਼ਾਂਤਮਈ ਰੋਸ ਕੱਢਿਆ ਜਾ ਰਿਹਾ ਕੇਂਦਰ ਸਰਕਾਰ ਦੇ ਖਿਲਾਫ ਹੈ। ਇਹਨਾਂ ਨੇ ਇੱਕ ਪਾਸੇ ਤਾਂ ਜਿਹੜੇ ਸਿੱਖਾਂ ਦੇ ਕਤਲ ਹੋਏ ਆ 84, ਉਹਨਾਂ ਨੂੰ ਛੱਡਣ ਦੀਆਂ ਕੋਸ਼ਿਸ਼ਾਂ ਜਾਂ ਸਟਰੋਂਗ ਕੇਸ ਨਹੀਂ ਬਣਾਏ ਜਾਂ ਬਾਤ ਕੀਤੀ ਜਾ ਰਹੀ ਹੈ। ਇੱਕ ਪਾਸੇ ਗਏ ਬੇਗਨਾਹ ਸਿੱਖ ਨੂੰ ਫਾਂਸੀ ਦੀ ਸਜ਼ਾ ਦਿੱਤੀ ਰਹੀ ਹੈ ਜਾ ਰਹੀ ਹੈ, ਉਹਦੇ ਸਬੰਧ ਵਿੱਚ ਰੋਸ ਮਾਰ ਕੱਢਿਆ ਜਾ ਰਿਹਾ। ਸਿੱਖ ਕੌਮ ਬਹੁਤ ਜ਼ਿਆਦਾ ਰੋਸ ਹੈ, ਸੈਂਟਰ ਨੂੰ ਚਾਹੀਦਾ ਇਹਦੀ ਫਾਂਸੀ ਨੂੰ ਮਾਫ਼ ਕਰਕੇ ਅਤੇ ਇਹਨੂੰ ਲਿਆ ਦਿੱਤਾ ਜਾਵੇ। ਮਤਲਬ ਸੈਂਟਰ ਇਸ ਤਰ੍ਹਾਂ ਦੀਆਂ ਚਾਲਾਂ ਕਰ ਰਹੀ ਹੈ ਵੀ ਸੁੱਤੇ ਸ਼ੇਰ ਨੂੰ ਜਗਾਉਣਾ ਉਹ ਹਰ ਨੁਕਸਾਨਦੇਹ ਹੁੰਦਾ, ਦੇਸ਼ ਵਾਸਤੇ ਚੰਗਾ ਨਹੀਂ ਹੁੰਦਾ। ਸਾਨੂੰ ਵਾਰ ਵਾਰ ਸੈਂਟਰ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ, ਰੋਸ ਵੀ ਕਰਦੇ ਹਾਂ ਵੀ ਇਹਨਾਂ ਦੋਨਾਂ ਦੀ ਫਾਂਸੀ ਮਾਫ਼ ਕਰਕੇ ਸਿੱਖ ਕੌਮ ਦੇ ਜ਼ਖਮਾਂ 'ਤੇ ਮਲਮ ਲਾਈ ਜਾਵੇ। ਇੰਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।